ਪੀ ਅੰਮ੍ਰਿਤਪਾਲ ਦੇ ਸਾਥੀ ਨੂੰ ਮੋਗਾ ਲਿਆਂਦਾ ਗਿਆ। ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆਏ ਨੇ ਅੰਮ੍ਰਿਤਪਾਲ ਦੇ ਸਾਥੀ, ਜਿਸ ਨੂੰ ਅੱਜ ਮੋਗਾ ਲਿਆਂਦਾ ਗਿਆ। ਤਾਂ ਤਸਵੀਰ ਤੁਹਾਨੂੰ ਸਾਂਝੀਆਂ ਕਰ ਰਿਹਾ ਬਸੰਤ ਸਿੰਘ ਹੈ, ਇਹ ਐਮ ਪੀ ਅੰਮ੍ਰਿਤਪਾਲ ਸਿੰਘ ਦਾ ਸਾਥੀ ਹੈ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਦੇ ਨਾਲ ਜਿਹੜਾ ਹੈਗਾ ਬੰਦ ਹੈ ਜੇਲ੍ਹ 'ਚ, ਅਤੇ ਅੱਜ ਉਹਨਾਂ ਨੂੰ ਮੋਗਾ ਲਿਆਂਦਾ ਗਿਆ ਸਖ਼ਤ ਪ੍ਰਬੰਧਾਂ ਦੇ ਹੇਠ। ਬਸੰਤ ਸਿੰਘ ਨੂੰ ਜਿਹੜਾ ਹੈਗਾ ਮੋਗਾ ਲਿਆਂਦਾ ਗਿਆ। ਦਰਅਸਲ ਬਸੰਤ ਸਿੰਘ ਦੀ ਜਿਹੜੀ ਮਾਤਾ ਦਾ ਦੇਹਾਂਤ ਹੋ ਗਿਆ ਸੀ 3 ਦਿਨ ਪਹਿਲਾਂ, ਤਾਂ ਅੰਤਮ ਸੰਸਕਾਰ ਦੇ ਲਈ ਜਿਹੜਾ ਹੈਗਾ ਅੱਜ ਉਹਨਾਂ ਨੂੰ ਲਿਆਂਦਾ ਗਿਆ ਸਖ਼ਤ ਪ੍ਰਬੰਧਾਂ ਦੇ ਹੇਠ ਮੋਗਾ ਲਿਆਂਦਾ ਗਿਆ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨੀ ਸਖ਼ਤੀ ਦੇ ਵਿੱਚ, ਕਿੰਨੇ ਸਖ਼ਤ ਪ੍ਰਬੰਧਾਂ ਦੇ ਵਿੱਚ ਜੈ ਬਸੰਤ ਸਿੰਘ ਨੂੰ ਜਿਹੜਾ ਉਹ ਮੋਗਾ ਲਿਆਂਦਾ ਗਿਆ। ਤਾਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਐਮ ਪੀ ਅੰਮ੍ਰਿਤਪਾਲ ਦਾ ਸਾਥੀ ਹੈ ਬਸੰਤ ਸਿੰਘ, ਜਿਸ ਨੂੰ ਸਖ਼ਤ ਸੁਰੱਖਿਆ ਹੇਠ ਪੰਜਾਬ ਲਿਆਂਦਾ ਗਿਆ। ਬਸੰਤ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ, ਉਹਨਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਸੰਤ ਸਿੰਘ ਨੂੰ ਪੰਜਾਬ ਲਿਆਂਦਾ ਗਿਆ। ਹਾਲਾਂਕਿ ਪੈਰੋਲ ਕਿੰਨੀ ਦੇਰ ਦੀ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਬਸੰਤ ਸਿੰਘ ਜ਼ਰੂਰ ਆਪਣੀ ਮਾਤਾ ਦੇ ਅੰਤਮ ਸੰਸਕਾਰ 'ਤੇ ਪਹੁੰਚੇ ਨੇ। ਅੰਤਮ ਵਧਾਈ ਦੇਣ ਦੇ ਲਈ ਮਾਤਾ ਨੂੰ ਬਸੰਤ ਸਿੰਘ ਜਿਹੜੇ ਨੇ ਉਹ ਮੋਗਾ ਪੁੱਜੇ ਨੇ। ਤਾਂ ਮੋਗਾ ਦੇ ਪਿੰਡ ਦੌਲਤਪੁਰ ਦੇ ਰਹਿਣ ਵਾਲੇ ਬਸੰਤ ਸਿੰਘ ਇਸ ਵੇਲੇ ਅੰਮ੍ਰਿਤਪਾਲ, ਜੋ ਕਿ ਸੰਸਦ ਮੈਂਬਰ ਹੈ, ਉਸਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ। ਤਕਰੀਬਨ 3 ਦਿਨ ਪਹਿਲਾਂ ਬਸੰਤ ਦੀ ਮਾਤਾ ਕੁਲਵੰਤ ਕੌਰ ਦਾ ਦੇਹਾਂਤ ਹੋਇਆ ਸੀਗਾ, ਅਤੇ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਬਸੰਤ ਸਿੰਘ ਨੂੰ ਮਾਂ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੈਰੋਲ ਦਿੱਤੀ ਜਾਵੇ, ਤਾਂ ਜੋ ਅੰਤਮ ਰਸਮਾਂ ਨਿਭਾ ਸਕੇ। ਤਾਂ ਪੈਰੋਲ ਜਿਹੜੀ ਹੈ ਉਹ ਦਿੱਤੀ ਗਈ ਹੈ ਸਖ਼ਤ ਸੁਰੱਖਿਆ ਦੇ ਹੇਠ। ਜਿਹੜਾ ਬਸੰਤ ਸਿੰਘ ਨੂੰ ਪੰਜਾਬ ਲਿਆਂਦਾ ਗਿਆ, ਮੋਗਾ ਲਿਆਂਦਾ ਗਿਆ, ਤਸਵੀਰਾਂ 'ਚ ਤੁਹਾਨੂੰ ਸਾਫ਼ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਸੁਰੱਖਿਆ ਦੇ ਹੇਠ ਜਿਹੜਾ ਬਸੰਤ ਸਿੰਘ ਨੂੰ ਜੋ ਹੈ ਪੰਜਾਬ ਲਿਆਂਦਾ। ਤੁਹਾਨੂੰ ਦੱਸ ਦਈਏ ਕਿ ਬਸੰਤ ਸਿੰਘ ਅੰਮ੍ਰਿਤਪਾਲ ਦੇ ਸਾਥੀ ਹੈ, ਜਿਹਨੇ ਵੀ ਉਹਨਾਂ ਨੂੰ NSA ਲਗਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ, ਬੰਦ ਕਰ ਦਿੱਤਾ ਗਿਆ ਸੀ। ਤਾਂ ਬਸੰਤ ਸਿੰਘ ਉਹਨਾਂ ਦੇ ਇੱਕ ਸੀਗੇ। ਅਜਨਾਲਾ ਕਾਂਡ ਜਦੋਂ ਹੋਇਆ ਸੀ, ਉਸ ਤੋਂ ਬਾਅਦ ਅੰਮ੍ਰਿਤਪਾਲ ਦੇ ਨਾਲ ਉਸਦੇ ਕਈ ਸਾਥੀਆਂ ਨੂੰ NSA ਲਾ ਕੇ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਬਸੰਤ ਸਿੰਘ। ਤਾਂ ਹੁਣ ਉਹਨਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ, ਪਰਿਵਾਰ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹਨਾਂ ਬਸੰਤ ਸਿੰਘ ਨੂੰ ਆਪਣੇ ਮਾਤਾ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਗਿਆ ਦਿੱਤੀ ਜਾਵੇ, ਮਨਜ਼ੂਰੀ ਦਿੱਤੀ ਜਾਵੇ, ਤਾਂ ਜੋ ਅੰਤਮ ਰਸਮਾਂ ਬਸੰਤ ਸਿੰਘ ਨਿਭਾ ਸਕਣ। ਜਿਸ ਤੋਂ ਬਾਅਦ ਜਿਹੜੀ ਹੈ ਇਹ ਪੈਰੋਲ ਦਿੱਤੀ ਗਈ ਹੈ ਬਸੰਤ ਸਿੰਘ ਨੂੰ ਆਪਣੀ ਮਾਤਾ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ। ਹਾਲਾਂਕਿ ਇਹ ਪੈਰੋਲ ਕਿੰਨੇ ਸਮੇਂ ਦੀ ਹੈ ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਬਸੰਤ ਸਿੰਘ ਜ਼ਰੂਰ ਪਹੁੰਚੇ ਨੇ ਆਪਣੀ ਮਾਤਾ ਦੇ ਅੰਤਮ ਸੰਸਕਾਰ ਦੇ ਵਿੱਚ। NSA ਲੱਗੀ ਹੋਈ ਹੈ ਬਸੰਤ ਸਿੰਘ 'ਤੇ। ਤਾਂ ਡਿਬਰੂਗੜ੍ਹ ਜੇਲ੍ਹ, ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ, ਸੰਸਦ ਅੰਮ੍ਰਿਤਪਾਲ ਸਿੰਘ ਦੇ ਨਾਲ ਬੰਦ ਹੈ, ਤਾਂ ਹੋਰ ਵੀ ਕਈ ਸਾਥੀ ਉਹਨਾਂ ਦੇ ਨਾਲ ਹੈਗੇ ਨੇ। ਤਾਂ ਉੱਥੋਂ ਅੱਜ ਜਿਹੜਾ ਸਖ਼ਤ ਪ੍ਰਬੰਧਾਂ ਦੇ ਹੇਠ ਜਿਹੜਾ ਪੰਜਾਬ ਲਿਆਂਦਾ ਗਿਆ ਬਸੰਤ ਸਿੰਘ ਨੂੰ। ਹੁਣ ਮੋਗਾ ਦੇ ਵਿੱਚ ਆਪਣੀ ਮਾਤਾ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੁੱਜੇ ਨੇ, ਅੰਤਮ ਰਸਮਾਂ ਨਿਭਾਉਣਗੇ। ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ, ਬਸੰਤ ਸਿੰਘ ਤੁਸੀਂ ਵੇਖ ਸਕਦੇ ਹੋ, ਇਹ ਉਹੀ ਬਸੰਤ ਸਿੰਘ ਹੈ ਜਿਸ ਨੂੰ ਜਿਹੜਾ ਹੈਗਾ